ਉਹ ਸਾਗਰ ਵੀਰ ਰੱਬ ਦਾ ਵਾਖਦਾ ਹੀ, ਰੋਗ ਲਾ ਆਪਣੀ ਜਨਾਨੀ ਨੂੰ ਭਰਾਵਾ, ਰੋਗ ਲਾ ਕਿੱਥੇ ਆ ਤੂੰ? ਸਾਲਾ ਸਾਗਰ ਦੀ ਵੋਟੀ ਨੇ ਇੰਡੀਆ ਚਲਾਉਣੀ ਸਿੱਖ ਲਈ ਆ, ਕਿਹੜਾ ਬੁਲਟ ਟ੍ਰੇਨ ਚਲਾਉਣੀ ਸਿੱਖ ਲਈ ਆ ਉਹਨੇ, ਹੱਦ ਹੋਈ ਪਈ। ਸਾਰੇ ਪੰਜਾਬ ਦੀਆਂ ਨੇ ਜਨਾਨੀਆਂ ਕਮਲੀਆਂ ਕੀਤੀਆਂ ਪਈਆਂ। ਉਹ ਆ ਸਾਡੇ ਵਾਲੀਆਂ ਨੂੰ ਤੇ ਅਜੇ ਤੱਕ ਸਕੂਟਰੀ ਦੀਆਂ ਬ੍ਰੇਕਾਂ ਨਹੀਂ ਲੱਭੀਆਂ, ਚਾਰ ਚਾਰ ਜੋੜੇ ਚੱਪਲਾਂ ਦੇ ਘਸਾ ਦਿੰਦੀਆਂ ਸਕੂਟਰੀ ਰੋਕਣ ਦੇ ਚੱਕਰ 'ਚ, ਹੁਣ ਇਹ ਗੱਡੀਆਂ ਨੂੰ ਹੱਥ ਪਾਉਣ ਨੂੰ ਫਿਰਦੀਆਂ। ਚਲੋ ਸਕੂਟਰੀ 'ਤੇ ਫਿਰ ਵੀ ਬਚਾਅ ਹੁੰਦਾ, ਕਿਤੇ ਵੱਜ ਵੁੱਜ ਜਾਂਦੀ ਜੇ ਇੱਕ ਅੱਧੇ ਬੰਦੇ ਜਵਾਈ ਦੀ, ਪਰ ਜੇ ਗੱਡੀਆਂ ਲੈ ਕੇ ਨਿਕਲ ਆਈਆਂ ਨਾ ਸਾਡੇ ਵਾਲੀਆਂ ਰੋਡਾਂ 'ਤੇ, ਫਿਰ ਨਹੀਂ ਕੋਈ ਜੀਪ ਰਿੰਦਾ ਦੇਖਦਾ ਸੜਕ 'ਤੇ, ਮੈਂ ਤੁਹਾਨੂੰ ਦੱਸਾਂ। ਫਿਰ ਨਹੀਂ ਕੋਈ ਵੱਜਦਾ, ਫਿਰ ਜਿਹੜਾ ਅੱਗੇ ਆ ਗਿਆ ਨਾ ਟੱਗ ਦਿਆ ਕਰਨਾ ਬਸ, ਜਿੱਦਾਂ ਸੇਲ ਵਾਲਿਆਂ ਗੱਡੀ ਦੇ ਬੋਨਟ 'ਤੇ ਕੱਛੇ ਨਹੀਂ ਵੇਚਣੇ ਲਾਏ ਹੁੰਦੇ, ਇੱਦਾਂ ਇਹਨਾਂ 15-15 ਬੰਦੇ ਬੋਨਟ 'ਤੇ ਟੰਗੀ ਫਿਰਨੇ। ਬਾਕੀ ਆ ਨਿਮਰਤ ਖਹਿਰਾ ਵੀ ਇਹੋ ਗਾਣਾ ਲਾ ਕੇ ਸੜਕਾਂ 'ਤੇ ਹਰਲ ਹਰਲ ਕਰਦੀ ਫਿਰਦੀ ਹੈ, ਇਹਦੀ ਕੋਈ ਮੈਨੂੰ ਗੂੜੀ ਥਾਂ ਲੱਗਦੀ ਸਾਗਰ ਦੀ ਵੋਟੀ ਨਾ ਨਿਮਰਤ ਖਹਿਰਾ ਦੀ, ਨਹੀਂ ਤਾਂ ਗਾਣਾ 'ਤੇ ਇਹਦਾ ਇਹ ਲਾਉਣਾ ਬਣਦਾ ਸੀ ਨਾ, ਸਹੁਰੇ ਦੀ ਲਾਲ ਮਰੂਤੀ ਨੇ ਚੱਕਾ ਜਾਮ ਕਰਾਤਾ, ਪਰ ਨਾ ਇਹਨੇ ਵੀ ਸਾਗਰ ਦੀ ਵੋਟੀ ਵਾਜ 'ਤੇ ਚਾੜਤੀ। ਹੋ ਸਕਦਾ ਨਿਮਰਤ ਖਹਿਰਾ ਨੂੰ ਪਤਾ ਹੋਵੇ ਵੀ ਇਹਦਾ ਪਲੈਨ ਕੀ ਹੈ ਸਾਗਰ ਦੀ ਵੋਟੀ ਦਾ, ਇਹ ਇੰਡੀਕਾ ਰੋਕੂ ਕਿੱਥੇ ਜਾ ਕੇ, ਇਹਦੇ ਕੋਲ ਪੁੱਛਗਿੱਛ ਕਰੋ। ਬਾਕੀ ਭਰੋਸੇਯੋਗ ਸੂਤਰਾਂ ਤੋਂ ਇਹ ਪਤਾ ਲੱਗਾ ਵੀ ਸਾਗਰ ਦੀ ਵੋਟੀ ਬਟਾਲੇ ਵਾਲੇ ਪੈਟਰੋਲ ਪੰਪ 'ਤੇ ਟੈਂਕੀ ਫੁੱਲ ਕਰਾਉਂਦੀ ਵੇਖੀ ਗਈ ਇੰਡੀਕਾ ਦੀ। ਆਹਦੇ ਵੀ ਖਬਰ ਇਹ ਤੁਹਾਨੂੰ ਮਿਲਦੀ ਆ ਵੀ ਇਹ ਅਟਾਰੀ ਵਾਲਾ ਬਾਰਡਰ ਟੱਪ ਸਕਦੀ, ਇਹਨੇ ਬਾਰਡਰ ਪਾਰ ਕਰ ਜਾਣਾ। ਸਾਗਰ ਵੀ ਰੋਕ ਲਾ ਇਹਨੂੰ, ਨਹੀਂ ਤਾਂ ਤੈਨੂੰ ਪੰਜਾਬ ਪੁਲਿਸ ਨੇ ਪੜਾ ਬਹੁਤ ਫੇਰਨਾ, ਮਗਰ ਜੇ ਇਹ ਬਾਰਡਰ ਟੱਪ ਨਹੀਂ ਤੇ ਇਹਨੇ ਤਾਂ ਗਾਹ ਕਰਾਚੀ ਨੂੰ ਨਿਕਲ ਜਾਣੇ। ਰੋਕੋ ਯਾਰ ਇਹਨੂੰ।